ਪਿਆਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ। ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ। ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮਹੱਤਵਪੂਰਨ ਪੱਤਰ ਪੰਜਾਬੀ ਦੇ 2023-24 ਦੇ ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ। ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ। ਤੇ ਸ਼ੁਰੂ ਕਰਦੇ ਹਾਂ ਆਪਾਂ ਮਹੱਤਵਪੂਰਨ ਪੱਤਰ। ਪਹਿਲਾ ਪੱਤਰ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਏ ਜਾਣ ਵਾਲੇ ਕਿਸਾਨ ਮੇਲੇ ਵਿੱਚ ਆਪਣਾ ਸਟਾਲ ਲਗਾਉਣ ਲਈ ਮੇਲੇ ਦੇ ਪ੍ਰਬੰਧਕ ਨੂੰ ਪੱਤਰ ਲਿਖੋ। ਦੂਸਰਾ ਪੱਤਰ ਹੈ ਤੁਸੀਂ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਹੋ ਇੱਕ ਪਬਲਿਕ ਲਾਇਬ੍ਰੇਰੀ ਵੱਲੋਂ ਤੁਹਾਨੂੰ ਕੁਝ ਪੁਸਤਕਾਂ ਸਪਲਾਈ ਕਰਨ ਦਾ ਆਰਡਰ ਮਿਲਿਆ ਹੈ ਇੱਕ ਪੱਤਰ ਰਾਹੀਂ ਸੰਬੰਧਿਤ ਲਾਇਬ੍ਰੇਰੀਅਨ ਦਾ ਧੰਨਵਾਦ ਕਰੋ ਤੇ ਤੀਸਰਾ ਪੱਤਰ ਹੈ ਆਪਣੇ ਜ਼ਿਲ੍ਹੇ ਦੇ ਆਮਦਨ ਕਰ ਅਧਿਕਾਰੀ ਨੂੰ ਪੱਤਰ ਲਿਖੋ ਜਿਸ ਉਸ ਤੁਹਾਡੇ ਵੱਲੋਂ ਵੱਧ ਜਮ੍ਹਾਂ ਕਰਵਾਇਆ ਗਿਆ ਟੈਕਸ ਵਾਪਸ ਕਰਨ ਲਈ ਬੇਨਤੀ ਕਰੋ ਤੇ ਅਗਲਾ ਪੱਤਰ ਹੈ ਗੁਰੂ ਕਿਰਪਾ ਕਲਾਥ ਹਾਊਸ ਫਰੀਦਕੋਟ ਵੱਲੋਂ ਗੰਗਾ ਕਪੜਾ ਮਿਲ ਨੂੰ ਇੱਕ ਪੱਤਰ ਲਿਖੋ ਜਿਸ ਵਿੱਚ ਦੱਸੋ ਕਿ ਆਰਡਰ ਕੀਤਾ ਮਾਲ ਸਮੇਂ ਸਿਰ ਨਹੀਂ ਪਹੁੰਚਿਆ 55ਵਾਂ ਪੱਤਰ ਹੈ ਤੁਸੀਂ ਵੇਰਕਾ ਮਿਲਕ ਪਲਾਂਟ ਦੇ ਉਤਪਾਦ ਵੇਚਣ ਦਾ ਵਪਾਰ ਆਪਣੇ ਇਲਾਕੇ ਵਿੱਚ ਕਰਨਾ ਚਾਹੁੰਦੇ ਹੋ ਇਸ ਬਾਰੇ ਵੇਰਕਾ ਦੇ ਵੱਖ-ਵੱਖ ਉਤਪਾਦਾਂ ਦੀ ਜਾਣਕਾਰੀ ਲੈਣ ਲਈ ਨੇੜਲੇ ਵੇਰਕਾ ਪਲਾਂਟ ਦੇ ਮੈਨੇਜਰ ਨੂੰ ਪੱਤਰ ਲਿਖੋ 6ਵਾਂ ਪੱਤਰ ਹੈ ਤੁਹਾਡੇ ਇਲਾਕੇ ਵਿੱਚ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਲੋਕਾਂ ਵੱਲੋਂ ਪੁਸਤਕਾਲਾ ਖੋਲ੍ਹਿਆ ਜਾ ਰਿਹਾ ਹੈ ਕਿਤਾਬ ਮੰਗਵਾਉਣ ਲਈ ਪਿੰਪਿੰ ਪੁਸਤਕਾਂ ਵਿਕਰੇਤਾਵਾਂ ਨੂੰ ਪੱਤਰ ਲਿਖੋ ਜਿਸ ਵਿੱਚ ਕੋਟੇਸ਼ਨਾਂ ਦੀ ਮੰਗ ਕੀਤੀ ਗਈ ਹੋਵੇ ਪੱਤਰ ਵਿੱਚ ਕਿਸੇ ਇੱਕ ਵਿਕਰੇਤਾ ਨੂੰ ਸੰਬੋਧਨ ਕੀਤਾ ਜਾਵੇ ਤੇ ਸਤਵਾਂ ਪੱਤਰ ਹੈ ਤੁਹਾਡੀ ਕਾਨਪੂਰ ਵਿਖੇ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਲੁਧਿਆਣੇ ਵਿੱਚ ਸਥਿਤ ਸੰਬੰਧਿਤ ਕੰਪਨੀ ਨੂੰ ਪੱਤਰ ਲਿਖੋ ਅਤੇ ਏਜੰਸੀ ਲੈਣ ਲਈ ਵੇਰਵੇ ਦੀ ਮੰਗਾਂ ਕਰਦੇ ਹੋਏ ਆਪਣੇ ਵਪਾਰਕ ਸਬੰਧਾਂ ਬਾਰੇ ਵੀ ਦੱਸੋ 8ਵਾਂ ਬੱਧਰ ਹੈ ਤੁਹਾਡੇ ਵੱਲੋਂ ਆਪਣੇ ਲਈ ਮੰਗਵਾਈਆਂ ਗਈਆਂ ਕਾਪੀਆਂ ਦੀ ਹਾਲਤ ਬਹੁਤ ਮਾੜੀ ਹੈ ਕਾਗਜ਼ ਦੀ ਵਧੀਆ ਕਾਗਜ਼ ਵੀ ਵਧੀਆ ਨਹੀਂ ਹੈ ਇਸ ਸੰਬੰਧੀ ਸਟੇਸ਼ਨਰੀ ਦੇ ਮਾਲਕ ਨੂੰ ਸ਼ਿਕਾਇਤ ਕਰਦੇ ਹੋਏ ਕਾਪੀਆਂ ਬਦਲ ਕੇ ਨਵੀਆਂ ਕਾਪੀਆਂ ਭੇਜਣ ਲਈ ਲਿਖੋ 9ਵਾਂ ਬੱਧਰ ਹੈ ਤੁਹਾਡੇ ਗਾਹਕ ਤੁਹਾਡੀ ਦੁਕਾਨ ਤੇ ਖਰੀਦੇ ਹੋਏ ਆਟੇ ਦੀ ਪਿਛਲੇ ਕੁਝ ਸਮੇਂ ਤੋਂ ਸ਼ਿਕਾਇਤ ਕਰ ਰਹੇ ਹਨ ਜੋ ਸੰਬੰਧਿਤ ਕੰਪਨੀ ਦੇ ਮਾਮਲੇ ਨੂੰ ਇਸ ਬਾਰੇ ਇਤਲਾਹ ਦਿਓ ਤੇ ਉਹਨਾਂ ਨੂੰ ਆٹے ਦੀ ਸਪਲਾਈ ਲਈ ਬੰਦ ਕਰਨ ਲਈ ਆٹے ਦੀ ਸਪਲਾਈ ਬੰਦ ਕਰਨ ਲਈ ਬੇਨਤੀ ਕਰੋ 10ਵਾਂ ਪੱਤਰ ਹੈ ਤੁਹਾਡੀ ਫਰੀਦਕੋਸ਼ ਸ਼ਹਿਰ ਵਿਖੇ ਤੇਲ ਦੀ ਫੈਕਟਰੀ ਹੈ ਕਰਨਾਲ ਵਿਖੇ ਕਿਸੇ ਟਰੇਡਿੰਗ ਫਰਮ ਨੂੰ ਆਪਣੇ ਡੀਲਰ ਵਜੋਂ ਘਿਓ ਦੀ ਏਜੰਸੀ ਲੈਣ ਲਈ ਪੇਸ਼ ਕਰੋ ਤੇ ਬੱਚਿਓ ਇਹ ਸੀ ਆਪਣੀ ਮਹੱਤਵਪੂਰਨ ਪੱਤਰ ਕੁਝ ਆਸ ਕਰਦੀਆਂ ਤੁਹਾਡੀ ਹੈਲਪ ਹੋਏਗੀ ਤੇ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ